ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅੱਜ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਲੈ ਕੇ ਅਤੇ ਦਲੀਲਾਂ। ਅਤੇ ਇਜਲਾਸ ਦੇ ਵਿੱਚ ਹਮੇਸ਼ਾ ਅਸੀਂ ਬਦਸਤੂਰ ਸੁਣੀਆਂ ਹਨ, ਲੇਕਿਨ ਹੁਣ ਇਸ ਤਿੰਨ ਦਿਨ ਮੌਨਸੂਨ ਸੈਸ਼ਨ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲ ਸਕਦਾ ਹੈ, ਇਹ ਹੁਣ ਜਿਹੜਾ ਇੱਕ ਸਵਾਲ ਬਣਿਆ ਹੋਇਆ, ਇਸ ਨੂੰ ਲੈ ਕੇ ਅਸੀਂ ਐਨਾਲਿਸਿਸ ਕਰਾਂਗੇ। ਅਤੇ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਉਹ ਵਿਧਾਨ ਸਭਾ ਦੇ ਵਿੱਚ ਚੁੱਕੇ ਜਾਣੇ ਚਾਹੀਦੇ ਹਨ, ਔਰ ਤੁਸੀਂ ਵੀ ਮੈਨੂੰ ਕਾਲ ਕਰਕੇ ਦੱਸ ਸਕਦੇ ਹੋ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਨਵੀਨ ਸ਼ਰਮਾ ਜੀ। ਅਸੀਂ ਲਗਾਤਾਰ ਐਨਾਲਿਸਿਸ ਕਰਦੇ ਹਾਂ, ਜਦ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਪਿਛਲਾ 25 ਸਾਲਾਂ ਦਾ ਇਹਨਾਂ ਦਾ ਸਫ਼ਰ ਪੰਜਾਬ ਦੀ ਸਿਆਸਤ ਨੂੰ ਲੈ ਕੇ ਔਰ ਕਈ ਇਜਲਾਸ ਆਪਣੀ ਜ਼ਿੰਦਗੀ ਦੇ ਵਿੱਚ ਵੇਖ ਚੁੱਕੇ ਹਨ, ਤਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਕੀ ਕੁਝ ਐਨਾਲਿਸਿਸ ਇਸ ਮੁਤਲਕ ਕੀਤਾ ਜਾ ਸਕਦਾ ਹੈ ਜਦ ਪੰਜਾਬ ਵਿਧਾਨ ਸਭਾ ਇਜਲਾਸ ਦੀ ਗੱਲ ਹੁੰਦੀ ਹੈ। ਨਵੀਨ ਜੀ, ਆਈ ਵੁੱਡ ਲਾਈਕ ਟੂ ਹੈਵ ਯੂਰ ਓਪਨਿੰਗ ਕਮੈਂਟਸ। ਦੇਖੋ ਅਰਕੀਰਤ, ਪੰਜਾਬ ਵਿਧਾਨ ਸਭਾ ਦਾ ਜਿਹੜਾ ਇਜਲਾਸ ਹੈ, ਹੁਣ ਐਗਜੈਕਟ ਡੇਟ ਇਹਦੀ 24 ਅਗਸਤ ਹੈ, ਥੋੜ੍ਹੀ ਦੇਰ 'ਚ ਸ਼ੁਰੂ ਹੋ ਜਾਏਗਾ ਇੰਡੀਆ 'ਚ। ਅਤੇ ਇਹ ਜਿਹੜਾ ਹੈਗਾ ਇਜਲਾਸ, ਤੁਸੀਂ ਇਹ ਮੰਨ ਕੇ ਚੱਲੋ ਕਿ ਇਟਸ ਅ ਸਟੇਟ ਆਫ ਪੋਲੀਟੀਕਲ ਟਰਮੋਇਲ ਇਨ ਪੰਜਾਬ। ਇਹ ਹੁਣ ਜਿਹੜਾ ਇਜਲਾਸ ਹੋਣਾ ਹੈ, ਮੰਨ ਕੇ ਚੱਲੋ ਕਿ ਬਹੁਤ ਹੀ ਹੰਗਾਮੇਦਾਰ, ਬਹੁਤ ਹੀ ਸਟੋਮੀ ਰਹਿਣ ਵਾਲਾ। ਇਹ 24 ਤਰੀਕ ਨੂੰ ਸ਼ੁਰੂ ਹੋਏਗਾ ਔਰ 28 ਤਰੀਕ ਨੂੰ ਖਤਮ ਹੋਏਗਾ, ਵਿੱਚ ਸੈਟਰਡੇ ਔਰ ਸੰਡੇ ਦਾ ਆਫ ਰਹੇਗਾ। ਜਿਸ ਤਰ੍ਹਾਂ ਨੋਰਮਲ ਪ੍ਰੋਸੀਜਰ ਹੁੰਦਾ ਕਿ ਓਬਿਚਰੀ ਰੈਫਰੈਂਸ ਹੁੰਦੇ ਨੇ, ਜਿਹੜੇ ਸ਼ਖਸੀਅਤਾਂ ਚਲੀਆਂ ਜਾਂਦੀਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ, ਉਸ ਤੋਂ ਬਾਅਦ ਇਹ ਕਾਰਵਾਈ ਹੋਏਗੀ। ਤੂਫਾਨੀ ਇਜਲਾਸ ਕਹਿ ਸਕਦੇ ਹਾਂ, ਜੋ ਤੂਫਾਨੀ ਇਜਲਾਸ ਹੋਏਗਾ, ਹੰਗਾਮੇਦਾਰ ਰਹੇਗਾ, ਪੂਰਾ ਰੌਲਾ ਰੱਪਾ ਰਹੇਗਾ। ਮੇਨ ਇਹਦੇ ਜਾਂ ਵਰਕਿੰਗ ਡੇ ਨੇ, ਹੁਣ ਮੰਡੇ ਔਰ ਟਿਊਸਡੇ ਦੇ ਬਚਣਗੇ, ਅਤੇ ਉਹਨਾਂ ਦੇ ਵਿੱਚ ਹੈਗਾ ਜੋ ਹੁਣ ਮੰਨ ਕੇ ਅਸੀਂ ਚੱਲ ਰਹੇ ਹਾਂ ਮੀਡੀਆ ਦੇ ਵਿੱਚ ਜੋ ਚੱਲ ਰਹੀ ਹੈ, ਸਭ ਤੋਂ ਜ਼ਿਆਦਾ ਹੰਗਾਮਾ ਜਿਹੜਾ ਹੋਣਾ ਹੈ ਉਹ ਹੋਣਾ ਜਸਟਿਸ ਰਿਟਾਇਰਡ ਜਿਹੜੇ ਹੈਗੇ ਨੇ ਰਣਜੀਤ ਸਿੰਘ ਕਮਿਸ਼ਨ, ਬੇਅਦਬੀ ਵਾਲੇ ਮਾਮਲੇ ਦੀ ਜਿਹੜੀ ਰਿਪੋਰਟ ਆ ਉਹ ਸਰਕਾਰ ਨੇ ਟੇਬਲ ਕਰਨੀ ਆ, ਟੇਬਲ 'ਤੇ ਰੱਖਣੀ ਆ। ਇਸ ਸੈਸ਼ਨ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਜਿੱਦਾਂ ਹੀ ਇਹਦੀ ਰਿਪੋਰਟ ਆ ਜਾਏਗੀ ਅਸੀਂ ਇਹਨੂੰ ਵਿਧਾਨ ਸਭਾ 'ਚ ਪੇਸ਼ ਕਰਾਂਗੇ। ਨਾ ਉਹਦਾ ਰਿਪੇਟ ਹੈ, ਜਿਹੜੀ ਰਿਪੋਰਟ ਹੈਗੀ ਆ ਉਹ ਫਾਈਨਲੀ ਸਰਕਾਰ ਨੂੰ ਦੇ ਦਿੱਤੀ ਗਈ ਹੈ ਜੀ, ਉਹਨੂੰ ਲੈ ਕੇ ਹੰਗਾਮਾ ਹੋਣਾ। ਅੱਛਾ, ਹੰਗਾਮਾ ਹੋਣਾ ਕਿਉਂ ਹੈ? ਹਾਲੇ ਤਾਂ ਰਿਪੋਰਟ ਹਾਲੇ ਟੇਬਲ 'ਤੇ ਹੋਣੀ, ਹੰਗਾਮਾ ਕਿਉਂ ਹੋ ਰਿਹਾ? ਹੰਗਾਮਾ ਇਸ ਵਾਸਤੇ ਹੋ ਰਿਹਾ ਕਿ ਇੰਨੀ ਹਾਈਲੀ ਕੌਨਫੀਡੈਂਸ਼ੀਅਲ ਰਿਪੋਰਟ ਸੀਗੀ, ਤੁਸੀਂ ਸਰਕਾਰ ਦੀ ਇਹ ਸਮਝੋ ਨਾਕਾਮੀ ਸਮਝੋ ਕੀ ਸਮਝੋ, ਇੰਨੀ ਕੌਨਫੀਡੈਂਸ਼ੀਅਲ ਰਿਪੋਰਟ ਸੀ, ਇਹਦੀ ਜਿਹੜਾ ਪਹਿਲਾ ਪਾਰਟ ਸੀ 120 ਪੇਜਾਂ ਦਾ ਉਹ ਔਨਲਾਈਨ ਲੀਕ ਹੋ ਗਿਆ। ਔਨਲਾਈਨ ਲੀਕ ਹੋ ਗਿਆ ਅਤੇ ਜੋ ਰਿਪੋਰਟ ਦੇ ਕੰਟੈਂਟ ਹੈ, ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਦੇਣੀ ਹੈ ਉਹ ਸਾਰਾ ਪਹਿਲਾਂ ਹੀ ਵਾਜ਼ੇ ਹੋ ਗਿਆ, ਸਾਰੇ ਹੀ ਸਾਹਮਣੇ ਲੋਕਾਂ ਦੇ ਸਾਹਮਣੇ ਆ ਗਿਆ ਵੀ ਹੋਣਾ ਕੀ ਹੈ ਉਹਦੇ ਵਿੱਚ। ਹੁਣ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਨਾਮ ਆ ਰਿਹਾ, ਸ਼੍ਰੋਮਣੀ ਅਕਾਲੀ ਦਲ ਨੇ ਉਹਦੇ 'ਤੇ ਇਤਰਾਜ਼ ਕਰ ਦਿੱਤਾ ਕਿ ਵੀ ਡੂ ਨੋਟ ਐਕਸੈਪਟ ਦਿਸ ਰਿਪੋਰਟ। ਉਹਨਾਂ ਨੇ ਕਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਹੈ ਸਰਕਾਰੀ ਕਮਿਸ਼ਨ ਹੈ, ਇਹ ਕਾਂਗਰਸ ਦਾ ਕਮਿਸ਼ਨ ਹੈ, ਇਹ ਵਨ ਸਾਈਡਡ ਰਿਪੋਰਟ ਹੈ, ਦਿਸ ਇਜ਼ ਹੰਗਾਮਾ, ਇਹ ਸਾਰੀ ਬਿਆਨਬਾਜ਼ੀ ਇਹਨਾਂ ਦਿਨ ਦੀ ਚੱਲ ਰਹੀ ਹੈ। ਨਾਓ ਦਿਸ ਇਜ਼ ਗੋਇੰਗ ਟੂ ਬੀ ਫਾਰਮਲੀ ਸਟਾਰਟ ਔਨ ਦੀ ਫਲੋਰ ਆਫ ਦਾ ਹਾਊਸ ਵੈਨ ਦਿਸ ਥਿੰਗ ਵਿਲ ਸਟਾਰਟ। ਹੁਣ ਰਣਜੀਤ ਸਿੰਘ ਕਮਿਸ਼ਨ ਨੂੰ ਲੈ ਕੇ ਜਿਹੜਾ ਹੰਗਾਮਾ ਹੋਣਾ ਉਹ ਹੋਣਾ, ਇਹਦੇ 'ਚ ਕਈ ਗਵਾਹ ਮੁੱਕਰ ਗਏ। ਇੱਕ ਮੱਖਣ ਸਿੰਘ ਗਵਾਹ ਹੈਗਾ ਜਿਹਨੇ ਉਹਨੇ ਮੀਡੀਆ ਵਿੱਚ ਖੁੱਲ੍ਹ ਕੇ ਬਿਆਨ ਦਿੱਤੇ ਨੇ ਮੱਖਣ ਸਿੰਘ ਨੇ ਕਿ ਜੀ ਮੈਂ ਜੋ ਮੇਰੇ ਤੋਂ ਕਮਿਸ਼ਨ ਨੇ ਮੇਰਾ ਬਿਆਨ ਲਿਆ ਉਹ ਮੈਨੂੰ ਧਮਕਾ ਕੇ ਲਿਆ, ਮੈਨੂੰ ਫਲਾਣੇ ਮੰਤਰੀ ਨੇ ਕਿਸੇ ਨੇ ਧਮਕਾਇਆ, ਮੈਂ ਇਹਨੂੰ ਇੱਦਾਂ ਕੀਤਾ ਅਤੇ ਮੈਂ ਜੋ ਬੋਲਿਆ ਉਹ ਮੁੱਕਰ ਗਿਆ। ਦਿਸ ਰਿਪੋਰਟ ਹੈਜ਼ ਬਿਕਮ ਏ ਕੋਂਟਰੋਵਰਸੀ, ਦ ਕੋਂਟਰੋਵਰਸ਼ੀਅਲ ਸਬਜੈਕਟ ਦੇ ਉੱਤੇ ਬਣੀ ਰਿਪੋਰਟ ਇਜ਼ ਗੋਇੰਗ ਟੂ ਬੀ ਅਨਦਰ ਕੋਂਟਰੋਵਰਸੀ। ਹੁਣ ਇਹਨੂੰ ਲੈ ਕੇ ਕੱਲ੍ਹ ਕਾਫੀ ਹੰਗਾਮਾ ਹੋਏਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਜ਼ ਨੋਟ ਗੋਇੰਗ ਟੂ ਐਕਸੈਪਟ ਔਰ ਕਾਫੀ ਇਹਦਾ ਰੌਲਾ ਰੱਪੇਗਾ। ਔਰ ਇਹ ਚੀਜ਼ ਹੈ ਕਿ ਪੰਜਾਬ ਵਿਧਾਨ ਸਭਾ ਦੀ ਜਦੋਂ ਦੀ ਕਾਂਗਰਸ ਦੀ ਸਰਕਾਰ ਆਈ ਹੈ, ਇਹ ਹੁਣ 5ਵਾਂ ਸੈਸ਼ਨ ਹੈ, ਇਟਸ ਅ ਮੌਨਸੂਨ ਸੈਸ਼ਨ ਇਹਨੂੰ ਕਹਿੰਦੇ ਆ ਟੈਕਨੀਕਲ ਲੈਂਗੁਏਜ, ਇਟ ਇਜ਼ ਗੋਇੰਗ ਟੂ ਸਟਾਰਟ। ਹੁਣ ਜਿਹੜਾ ਇੱਕ ਚੀਜ਼ ਦਾ ਖਦਸ਼ਾ ਹੈਗਾ ਕਿ ਨਾਓ ਦਿਸ 3 ਡੇਜ਼ ਔਰ 4 ਡੇਜ਼ ਜਿਹੜਾ 3 ਡੇਜ਼ ਦਾ ਸੈਸ਼ਨ ਮੰਨਦੇ ਹਾਂ ਵੀ ਕੱਲ੍ਹ ਦਾ ਦਿਨ ਹੈ ਅਤੇ ਸਾਡੇ ਕੋਲ ਮੰਡੇ ਔਰ ਟਿਊਸਡੇ ਆ। ਨਾ ਆਈ ਲਿਖ ਕੇ ਲੈ ਲਓ ਕਿ ਅਗਰ ਇਹ ਹੰਗਾਮਾ ਹੋਇਆ ਕੰਮ ਕੋਈ ਨਹੀਂ ਜੇ ਹੋਣਾ ਅਸੈਂਬਲੀ ਦੇ ਵਿੱਚ, ਇਹ ਉਹੀ ਹੈਗਾ ਕਿ ਵਿਧਾਨ ਸਭਾ ਦੇ ਜਿਹੜੇ ਨੁਮਾਇੰਦੇ ਚੁਣ ਕੇ ਜਾਂਦੇ ਨੇ, ਆਪਣੀਆਂ ਵੋਟਾਂ ਲੈਂਦੇ ਨੇ, ਲੋਕਾਂ ਨੂੰ ਕਹਿੰਦੇ ਅਸੀਂ ਤੁਹਾਡੇ ਮੁੱਦੇ ਰੱਖਾਂਗੇ, ਤੁਹਾਡੇ ਮਸਲੇ ਰੱਖਾਂਗੇ, ਉਹ ਤਾਂ ਗੱਲ ਪਿੱਛੇ ਛੱਡੋ। ਇਹ ਜਿਹੜੀ ਸਿਆਸਤ ਦੀ ਹਵਾ ਹੁੰਦੀ ਹੈ ਇੰਡੀਆ ਦੇ ਵਿੱਚ ਕੀ ਹੁੰਦਾ, ਨੈਸ਼ਨਲ ਲੈਵਲ 'ਤੇ ਅਲੱਗ ਚੱਲਦੀ ਹੈ, ਹਰ ਸਟੇਟ ਦੇ ਲੈਵਲ 'ਤੇ ਅਲੱਗ ਚੱਲਦੀ ਹੈ। ਅਤੇ ਇਹ ਸਿਆਸਤ ਦੀ ਹਵਾ ਹੁੰਦੀ ਹੈ ਕਿ ਜਦੋਂ ਕੁਛ ਚਲਾਉਣਾ ਹੋਏ, ਕੁਛ ਕਰਨਾ ਹੋਏ ਤਾਂ ਇੱਕ ਮੁੱਦੇ ਵੱਲ ਸਾਰਾ ਚੱਲ ਪੈਂਦਾ। ਇੰਡੀਆ ਦੇ ਵਿੱਚ ਕੀ ਹੈ, ਯੋਗ ਡੇ ਆ ਗਿਆ ਅਤੇ ਯੋਗਾ ਡੇ 'ਤੇ 4 ਦਿਨ ਬਹਿਸ ਹੁੰਦੀ ਹੈ, ਕੇਰਲਾ ਦੀ ਬਾੜ ਆ ਗਈ ਅਤੇ ਕੇਰਲਾ ਦੀ ਬਾੜ 4 ਦਿਨ ਚੱਲਦੀ ਰਹਿੰਦੀ ਹੈ, ਜੰਮੂ ਕਸ਼ਮੀਰ 'ਚ ਪੱਥਰਬਾਜ਼ੀ ਹੋ ਗਈ ਅਤੇ 3 ਦਿਨ ਉਹ ਚੱਲਦਾ ਰਹਿੰਦਾ। ਇਸ ਤਰ੍ਹਾਂ ਹੀ ਵਿਧਾਨ ਸਭਾ, ਲੋਕ ਸਭਾ ਦੇ ਵਿੱਚ ਵੀ ਕੀ ਹੁੰਦਾ, ਜਦੋਂ ਲੋਕ ਸਭਾ ਆਉਂਦਾ ਕਦੀ 3 ਤਲਾਕ ਦਾ ਮੁੱਦਾ, ਕਦੀ ਹੋਰ ਮੁੱਦਾ, ਅਤੇ ਉਹ ਪੂਰਾ ਪੂਰਾ ਸੈਸ਼ਨ, ਇੱਕ ਦੋ ਜਿਹੜੀ ਕੰਟਰੋਵਰਸੀਜ਼ ਹੁੰਦੇ ਨੇ ਜਿਹੜੇ ਵਿਵਾਦ ਵਾਲੇ ਉਹ ਖਾ ਜਾਂਦੇ ਨੇ। ਲੈਟਸ ਸੇ ਦਿਸ, ਇਟਸ ਕੰਪਲੀਟ ਵੇਸਟੇਜ ਆਫ ਟਾਈਮ। ਉਹ ਕੀ ਹੋਏਗਾ ਹੁਣ ਇਹਦੇ 'ਚ, ਤੁਸੀਂ ਲਿਖ ਕੇ ਮੰਨ ਕੇ ਚੱਲੋ ਕਿ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਣਾ, ਕੰਮ ਨਹੀਂ ਜੇ ਹੋਣਾ ਕੋਈ, ਸਿਰਫ ਰੌਲਾ ਰੱਪਾ ਹੋਏਗਾ, ਵਾਕਆਊਟ ਹੋਏਗਾ, ਸ਼ੋਰ ਸ਼ਰਾਬਾ ਹੋਏਗਾ, ਇੱਕ ਦੂਜੇ 'ਤੇ ਦੋਸ਼ਾਰੋਪਣ ਹੋਏਗਾ, ਦਿਸ ਇਜ਼ ਗੋਇੰਗ ਟੂ ਹੈਪਨ। ਦੂਸਰੀ ਇੱਕ ਬੜੀ ਇੰਟਰਸਟਿੰਗ ਚੀਜ਼ ਹੋਏਗੀ ਆਮ ਆਦਮੀ ਪਾਰਟੀ ਵਾਲੀ।
आम आदमी पार्टी के जो खलेरा पै गया तुहानूं पता है दो धिरां दे विच वंड गए ने। सुखपाल खहरा कमर संधू जिदा तुसीं दस्सिया उन्हां नूं बैक सीटां दे दित्तियां, नवां जिहड़ा एल ओ पी आ ही विल गो एंड टेक ओवर। हुण इस पूरे क्राइसिस दे विच वट विल बी अच्छा नाउ वट विल बी द स्टैंड ऑफ आम आदमी पार्टी ऑन रणजीत सिंह कमीशन रिपोर्ट? उन्हां नूं स्टैंड लैणा कि आर दे गोइंग टू सपोर्ट कांग्रेस के आर दे गोइंग टू ब्लेम शिरोमणी अकाली दल? दिस इज़ गोइंग टू हैपन। अच्छा वो खलारा ने तद पाणगे जदों अपना घर संभालणगे, पहलां उन्हां दा अपना ही लड़ाई झगड़ा पैणा। सुखपाल खहरा ने कहना मैनू बोलन दो, जिहड़ा एल ओ पी नवा उन्हें कहना मैं संभालांगा, तुसीं चुप रहो, ऑल दिस बिकॉज दिस इज़ फॉर्मली। सो यह मन के चलो दिस विधानसभा सैशन इज़ गोइंग टू बी वेरी स्टॉमी, वेरी हंगामेदार, और ये कोई काम होया तो होया नहीं तो मतलब यही होएगा। और जोड़े असली मसले ने, ड्रग्स का मामला सी, सतलुज यमुना लिंक का लिंक नहर का मामला सी, बेरोजगारी का मामला सी, माइनिंग का मामला सी, जोड़े पंजाब की सरकार जिन्हों अगे रख के वोटा जित के आई है और जोड़े पंजाब के जन जन के नाल लोगों के नाल जुड़े हुए मुद्दे ने उन्होंने कोई नहीं डिस्कस होना। ए दिस इज़ गोइंग टू बी अ पोलीटिकल वेव, पोलीटिकल वॉर, एर पूरा तीन दिन का सैशन ये खराब हो जाना जी। तो मैं अपने दर्शकों को भी दरख्वास्त करा कि वो मैं हेठ लिखे नंबर के उ कॉल कर सकते हैं, अपने प्रतिक्रम इस मुतलक तुम मेरे न साझे कर सकते हो, और जेकर लगता है कि यह मुद्दे जोड़े ने चुके जाने चाहिए हैं तो असी कोशिश करा कि तुम वो भी गल रखियो। तो इजलास शुरू होने तो पहला उन्होंने पैरोकार के कना तक उन्होंने मोबाइल के उत्ते वट्सएप के जरिए इस डिबेट में असी भेज सकीए ताकि उन्होंने पता चल सके कि असी अपने हल्कों तो यह मुद्दे चाहते हैं, यह नहीं चाहते कि तुम आरोप प्रत्यारोप की सियासत करो तो जोड़े पंजाब के अहम मुद्दे ने दबे रह जाए तो जोड़े होर मुद्दे ने उन्होंने उत्ते विचार वटांदरा ना हो सके। तो असं चाहते हैं कि तुम कॉल करके सूँ कर सकते हो, सू कॉल शुरू हो चुकी हैं। सत श्रीकाल जी, तुम ऑन एयर हो, कौन बोल रहे हो, कितों बोल रहे हो? हाँ जी, मैं जी हुणे गल हुई सी मेरी वरिंदर नाल जड़ी खड़ी दोपहर च, ते मैं लगदा कि दूजे जिहड़ा साडा प्रोग्राम चल रहा ओदे जिहड़े कॉलर्स ने उहनां दी कॉल्स इत्थे आ रही है, तो मैं हेठ लिखे नंबर उत्ते चाहूँगा कि कॉल करो या फिर मैं अपनी टैक्नीकल टीम नूं दरख्वास्त करांगा कि जिहड़ा साडा नंबर है इस टाइम चल रहा है वो फ्लैश ऑन करन टी वी दे उत्ते। ते एक चीज़ होर भी इत्थे सुणन नूं मिल रही है कि सुखपाल खहरा नूं हुण जिहड़ी सीट आ पिछे देती आ, चीमा गोना सिक्ट इन फ्रंट एंड जिहड़े उहनां दे मुद्दे चकदे आउंदे सीगे, बिकॉज आई हैव सीन हिम टॉकिंग ऑन दी यू नो इशूज ऑफ पंजाब फॉर द बैटरमेंट ऑफ पंजाब, तो तुहानूं लगदा कि वह आवाज़ भी दबाउण दी कोशिश कीती गई? देखो एक चीज़ दसा, सुखपाल खहरा वॉज द एंड वॉज टिल डेट वॉज द ओनली वॉइस यू कैन हर्ड इन जो जिहदी आवाज़ सुनाई देंदी सी। आम आदमी पार्टी सुखपाल खहरा नूं अगे रख के चलदी सी। सुखपाल खहरा यूज टू चेक ऑल द इशूज, हुण जिवें माइनिंग वाला मामला सी, राणा गुरजीत सिंह वाला मामला सीगा, उहदे मिनिस्टर दी नौकरी उहनां दा काम हट उहनां नूं रिजाइन करना पिया, इह सारे मुद्दे सुखपाल खहरा ने बड़े वोकल होके चुके। जी, आई हैव अ कॉलर ऑन द कॉल, एक बार उन्होंने भी गल समझ लीए, देन विल टॉक अबाउट मोर अबाउट हिम। सत श्री अकाल जी, तुसी ऑन एयर हो, कौन बोल रहे हो, कितों बोल रहे हो? हाँ जी, हरकीवर जी, नवीन जी, सत श्री अकाल जी, तुहाडे सुनण वाले नूं बहुत प्यार भरी सत श्री अकाल। सत श्री अकाल, हाँ जी, अच्छा जी, तुसी ना गल कीती आ, नवीन जी ने पूरी कवरी कर दित्ती आ कि आपां नूं किहड़े मुद्दे चाहीदे आ, जिवें कि ड्रग हो गया, बेरोजगारी दा, ते जिहड़े वादे कीते गए सी माइनिंग दे उत्ते। हाँ जी, अच्छा, ਤੇ ਜਿੰਨੇ ਕਿ ਇਹਨਾਂ ਨੇ ਟਾਈਮ ਰੱਖਿਆ ਹੋਏ ਤੇ ਓਬਵੀਅਸਲੀ ਇੱਥੇ ਕੋਈ ਡਿਸਕਸ਼ਨ ਵੀ ਨਹੀਂ ਹੋਣੀ ਤੇ ਕੋਈ ਕਾਨੂੰਨ ਪੋਤੇ ਬਣਨੇ ਵੀ ਨਹੀਂਗੇ। ਜੀ, ਮੈਂ ਹੁਣ ਇਹ ਤੋਂ ਅੱਗੇ ਚਲ ਜਾਂਦਾ ਕਿਉਂਕਿ ਨਵੀਨ ਜੀ ਨੇ ਕਵਰ ਕਰ ਦਿੱਤਾ ਜੋ ਆਪਾਂ ਕਹਿਣਾ ਇਹਨਾਂ ਨੇ ਕਰ ਦਿੱਤਾ ਕੀ ਹੋਣਾ ਚਾਹੀਦਾ। ਇਹ ਬੇਸਿਕਲੀ ਉਹ ਮੁੱਦੇ ਜਿਹੜੇ ਵਾਅਦੇ ਕਰਕੇ ਇਹ ਕਾਂਗਰਸ ਗਵਰਨਮੈਂਟ ਜੀ ਆਪਣੀ ਪੌਵਰ ਚ ਆਈ ਆ। ਜੀ, ਪਿਛੇ ਇੱਕ ਬੜੇ ਲੀਡਰ ਨੇ ਬਹੁਤ ਵਧੀਆ ਗੱਲ ਕੀਤੀ ਸੀ ਜੇ ਕਿ ਮੇਰੇ ਦਿਲ ਨੂੰ ਲੱਗੀ ਆ ਕਿ ਜਦੋਂ ਕੋਈ ਚੋਣਾਂ ਆਉਂਦੀਆਂ ਤੇ ਉਹਦੇ ਵਿੱਚ ਮੈਨੀਫੈਸਟੋ ਆਉਂਦੇ ਆ, ਹਰ ਪਾਰਟੀ ਆਪਣਾ ਮੈਨੀਫੈਸਟੋ ਦਿੰਦੀ ਆ, ਠੀਕ ਹੈ, ਜੋ ਕਿ ਕਾਂਗਰਸ ਨੇ ਵੀ ਦਿੱਤਾ। ਸ਼ਾਇਦ ਉਹਨਾਂ ਨੇ ਇੱਡਾ ਵੱਡਾ ਮੈਨੀਫੈਸਟੋ ਦਿੱਤਾ ਕਿ ਇਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਅਸੀਂ ਆਉਣਾ ਹੈ, ਕਹਿੰਦੇ ਚਲੋ ਦਿਖਾ ਦਿਓ, ਗੱਪਾਂ ਮਾਰ ਦਿਓ, ਦੇਖੀ ਜਾਊਗੀ ਇਹਨਾਂ ਦੀ ਕਿਹੜਾ ਹੋਣਾ। ਹਾਂਜੀ, ਤੇ ਉਹ ਕੁਦਰਤੀ ਐਸਾ ਪਲਟਾ ਚੱਲਿਆ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਥੱਲੇ ਚੱਲ ਗਈ ਤੇ ਇਹ ਵੋਟਾਂ ਇੱਥੇ ਚੱਲ ਗਈਆਂ, ਚਲੋ ਬਣ ਗਏ। ਹੁਣ ਜਿਹੜੀ ਇੱਕ ਲੀਡਰ ਨੇ ਬਹੁਤ ਵਧੀਆ ਗੱਲ ਦੱਸੀ ਸੀ, ਮੈਂ ਚਾਹੂੰਗਾ ਕਿ ਇਹ ਜਿਹੜੇ ਆਉਣ ਵਾਲੀਆਂ ਚੋਣਾਂ 'ਚ ਕਾਰਨ ਉਹ ਉਹਨਾਂ ਨੇ ਕੀਤਾ ਗੱਲ ਕੀਤੀ ਕਿ ਮੈਨੀਫੈਸਟੋ ਦੇ ਨਾਲ ਨਾਲ ਹਰ ਵਾਅਦੇ ਦੇ ਨਾਲ ਆਪਣਾ ਟਾਈਮ ਲਿਮਿਟ ਰੱਖ ਦਿਓ ਕਿ ਦੇਖੋ ਜੀ ਅਸੀਂ ਮੰਨ ਲਓ ਕਿ ਡਰੱਗ ਦੀ ਗੱਲ ਕਰ ਲੈਂਦੇ ਕਿ ਅਸੀਂ 2 ਸਾਲ ਦੇ ਵਿੱਚ ਆਹ ਕਾਨੂੰਨ ਬਣਨਗੇ, ਆਹ ਚੀਜ਼ਾਂ ਅਸੀਂ ਕੰਟਰੋਲ ਕਰਾਂਗੇ, ਅਗਰ ਬੇਰੁਜ਼ਗਾਰੀ ਦੀ ਅਸੀਂ ਗੱਲ ਕਰਦੇ ਹਾਂ ਅਸੀਂ 2 ਸਾਲ 'ਚ ਜਾਂ ਸਾਲ 'ਚ ਆਹ ਕਰਾਂਗੇ। ਹਾਂਜੀ, ਜੇਕਰ ਉਹ ਨਹੀਂ ਕਰਦੇ ਫਿਰ ਉਸ ਪਾਰਟੀ ਨੂੰ ਪੈਨਲਟੀ ਲੱਗੇ, ਠੀਕ ਹੈ। ਬੇਸ਼ੱਕ ਅਗਰ ਉਹ ਕੁਛ ਨਹੀਂ ਕਰਦੇ ਆਪਣੇ ਮੈਨੀਫੈਸਟੋ ਦਾ ਉਹ ਫਿਰ ਗਵਰਨਮੈਂਟ ਤੋੜ ਦਿੱਤੀ ਜਾਵੇ, ਕਿਉਂਕਿ ਉਹ ਜਦ ਆਈ ਝੂਠ ਬੋਲ ਕੇ ਆ ਅੱਗੇ, ਹਾਂਜੀ, ਤੇ ਫਿਰ ਇਹ
ਕੋਈ ਇੱਕ ਇੱਦਾਂ ਦਾ ਕਾਨੂੰਨ ਚਾਹੀਦਾ ਕਿ ਤੁਸੀਂ ਝੂਠ ਬੋਲ ਕੇ ਲੋਕਾਂ ਦਾ ਆ ਗਏ ਆ, ਝੂਠ ਬੋਲ ਕੇ ਆ ਗਏ ਤੇ ਉਹ ਤੋਂ ਬਾਅਦ ਮੁਕਰ ਗਏ ਹਾਂਜੀ, ਤੇ ਆਪਣੇ 5 ਸਾਲ ਪੂਰੇ ਕਰ ਗਏ, ਫਿਰ ਹੁਣ ਅਗਲੀ 5 ਸਾਲ ਬਾਅਦ ਕੌਣ ਦੇਖੇਗਾ ਕਿ ਕੀ ਹੁੰਦਾ ਹਾਂਜੀ। ਸੋ ਇਹ ਮੇਰਾ ਪੁਆਇੰਟ ਹੈ ਕਿ ਜਿਹੜੇ ਮੈਨੀਫੈਸਟੋ ਨੂੰ ਨਾ ਐਜ ਇੱਕ ਲੋਅ ਦੇ ਤੌਰ ਤੇ ਕਿ ਤੁਸੀਂ ਆ ਮੈਨੀਫੈਸਟੋ ਹੁਣ ਬਣ ਗਿਆ ਲੋਅ, ਤੁਸੀਂ ਕਿਹਾ ਆ ਤੇ ਜਿਹੜੀ ਜਿਹੜੇ ਉਹ ਪਾਰਟੀ ਜਿੱਤੀ ਆ ਤੇ ਅਗਲੇ 5 ਸਾਲ ਜਾਂ 2 ਸਾਲ ਜਾਂ 3 ਮਹੀਨੇ ਜਿੱਦਾਂ ਵੀ ਉਹਨਾਂ ਨੇ ਕਿਹਾ, ਜਿੱਦਾਂ ਗੁਟਕਾ ਸਾਹਿਬ ਦੀ ਕਸਮ ਖਾ ਕੇ ਉਹਨਾਂ ਨੇ 1 ਮਹੀਨੇ ਦੀ ਗੱਲ ਕੀਤੀ ਤੇ ਹੁਣ ਕਲਕੇ ਦਿਖਾਓ ਜੀ ਹਾਂਜੀ। ਸੋ ਇਹ ਚੀਜ਼ ਚੀਜ਼ ਚਾਹੀਦੀ, ਨਹੀਂ ਤਾਂ ਇੱਦਾਂ ਦੀਆਂ ਪਾਰਟੀਆਂ ਨੂੰ ਪੈਨਲਟੀ ਲੱਗਣੀ ਚਾਹੀਦੀ ਆ। ਠੀਕ ਹੈ ਭਾਅ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ ਜੀ ਫੋਰ ਯੋਰ ਸੁਜੈਸ਼ਨਸ ਐਂਡ ਫੋਰ ਯੋਰ ਵੈਲਿਊਬਲ ਫੀਡਬੈਕ। ਜੀ ਨਵੀਂ ਜੀ, ਇੱਕ ਜਿਹੜਾ ਸੁਜੈਸ਼ਨ ਇਹਨਾਂ ਨੇ ਦਿੱਤਾ ਹੈ ਇਹਦੇ ਨਾਲ ਮੈਨੂੰ ਇਹ ਲੱਗਦਾ ਕਿ ਹਿੰਦੁਸਤਾਨ ਦੀਆਂ ਜਿੰਨੀਆਂ ਆਪਣੀ ਸਿਆਸੀ ਪਾਰਟੀਆਂ ਜਿੰਨੀਆਂ ਜਿੰਨੇ ਸੂਬਿਆਂ ਦੀ ਸਰਕਾਰਾਂ ਨੇ ਔਰ ਕੇਂਦਰ ਸਰਕਾਰ ਹੈ ਉਹ ਫਸ ਜਾਣਗੇ ਇਸ ਕੰਮ ਦੇ ਵਿੱਚ, ਕਿਉਂਕਿ ਦੇ ਕੈਨ ਨੋਟ ਪੁੱਟ ਅ ਡੈਡਲਾਈਨ ਟੂ ਦਿਸ, ਕਿਉਂਕਿ ਉਹ ਗੱਲ ਠੀਕ ਹੈ ਜਦੋਂ ਚੁਣਾਵ ਲੜਦੇ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਕਿ ਅਸੀਂ ਇੱਦਾਂ ਕਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਜਦੋਂ ਵੰਸ ਦੇ ਗੈਟ ਇਨ ਪਾਵਰ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਕਿੰਨਾ ਪੋਸੀਬਲ ਹੈ ਨਹੀਂ ਹੈ, ਡੈਡਲਾਈਨ ਤਾਂ ਨਹੀਂ ਦਿੱਤੀ ਜਾ ਸਕਦੀ। ਤੁਸੀਂ ਨੋਟਿਸ ਕੀਤਾ ਹੋਣਾ ਸਾਡੇ ਲੋਕ ਸਭਾ ਦਾ ਵੀ ਤੁਸੀਂ ਨੋਟਿਸ ਕਰ ਲਓ ਕੇਂਦਰ ਸਰਕਾਰ ਦਾ, ਹੁਣ ਮੋਦੀ ਸਰਕਾਰ ਨੇ ਕਿੰਨੇ ਵਾਅਦੇ ਕੀਤੇ ਸੀਗੇ, ਅੱਜ ਉਹਨਾਂ ਦਾ ਸੈਸ਼ਨ ਖਤਮ ਹੋਣ ਵਾਲਾ ਸਰਕਾਰ ਦਾ, ਅਗਲੇ ਸਾਲ ਇਲੈਕਸ਼ਨ ਨੇ, ਹੁਣ ਲੋਕ ਕਹਿੰਦੇ ਨੇ ਉਹਨਾਂ ਨੇ ਕਿੰਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ, ਅਤੇ ਇਸ ਤਰ੍ਹਾਂ ਹੀ ਅਮਰਿੰਦਰ ਸਿੰਘ ਦੀ ਸਰਕਾਰ ਹੈ, ਅਮਰਿੰਦਰ ਸਿੰਘ ਦੀ ਸਰਕਾਰ ਔਰ ਅਮਰਿੰਦਰ ਸਿੰਘ ਨੇ ਆਪਣੇ ਟਾਈਮ 'ਤੇ ਬੜੇ ਵਾਅਦੇ ਕੀਤੇ, ਗੁਟਕਾ ਸਾਹਿਬ ਅੱਜ ਲਿਆ, ਹੋਰ ਵੱਡੀਆਂ ਵੱਡੀਆਂ ਕਿਸਮਾਂ ਖਾਧੀਆਂ, ਵੱਡੇ ਵੱਡੇ ਵਾਅਦੇ ਕੀਤੇ, ਗਰਾਊਂਡ ਲੈਵਲ 'ਤੇ ਤੁਸੀਂ ਅੱਜ ਦੇਖੋ ਸਰਕਾਰ ਨੇ ਹੁਣ ਤੱਕ ਕੀ ਕੰਮ ਸ਼ੁਰੂ ਕੀਤਾ ਹੈ, ਕਿਆ ਅਨਇੰਪਲੋਇਮੈਂਟ ਨੂੰ ਲੈ ਕੇ ਕੋਈ ਕੰਮ ਅੱਗੇ ਸਿਰੇ ਚਾੜਿਆ, ਡਰੱਗਸ ਦੇ ਉੱਤੇ ਕਿਆ ਪੂਰੀ ਤਰ੍ਹਾਂ ਠੱਲ ਲੱਗ ਗਈ, ਕਿਆ ਮਾਈਨਿੰਗ ਮਾਫੀਆ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਕਿਆ ਦੂਜੀ ਹੋਰ ਜਿਹੜੇ ਸੀਗੀਆਂ ਸਕੀਮਾਂ ਉਹਨਾਂ ਨੂੰ ਕੋਈ ਲਾਗੂ ਕੀਤਾ, ਕਿਉਂਕਿ ਇਹਨਾਂ ਦੇ ਗੌਰਮੈਂਟ ਦਾ ਏਜੰਡਾ ਹੁੰਦਾ ਹੀ ਨਹੀਂ। ਔਰ ਸਭ ਤੋਂ ਵੱਡਾ ਅਨਫੋਰਚੁਨੇਟਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਵਿਧਾਨ ਸਭਾ ਸੈਸ਼ਨ ਹੁੰਦੇ ਨੇ, ਜਦੋਂ ਲੋਕਾਂ ਨੂੰ ਵੋਟਰਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਇੱਕ ਹਾਊਸ 'ਚ ਬੈਠੇ ਨੇ, ਇਹ ਹੁਣ ਸਾਡੀ ਗੱਲ ਕਰਨਗੇ, ਇਹ ਸਾਨੂੰ ਇੱਕ ਆਪਣਾ ਰਿਪੋਰਟ ਕਾਰਡ ਦੇਣਗੇ ਵੀ ਅਸੀਂ ਕੀ ਕੰਮ ਕੀਤਾ ਕੀ ਨਹੀਂ ਕੀਤਾ। ਬਟ ਅਨਫੋਰਚੁਨੇਟਲੀ ਜੋ ਮੈਂ ਵੀ ਦੇਖਿਆ ਆਪਣੇ ਪੂਰੇ ਕਰੀਅਰ ਦੇ ਵਿੱਚ ਕਿ ਸਾਡੇ ਵਿਧਾਨ ਸਭਾਵਾਂ ਦੇ ਵਿੱਚ, ਸਾਡੀ ਲੋਕ ਸਭਾ ਦੇ ਵਿੱਚ ਜ਼ਿਆਦਾਤਰ ਟਾਈਮ ਵੇਸਟ ਹੁੰਦਾ, ਇੱਕ ਲੰਬੀ ਬਹਿਸ ਹੁੰਦੀ ਹੈ ਕਿ ਲੋਕ ਸਭਾ ਨੂੰ ਹੋਲਡ ਕਰਨ 'ਚ, ਵਿਧਾਨ ਸਭਾ ਨੂੰ ਹੋਲਡ ਕਰਨ 'ਚ, ਸਾਰੇ MLAs ਨੂੰ ਤੁਸੀਂ ਆਪਣੇ ਚੰਡੀਗੜ੍ਹ ਬੁਲਾਓਗੇ, ਕਿੰਨਾ ਖਰਚਾ ਹੁੰਦਾ, ਇਟ ਇਜ਼, ਬਟ ਐਂਡ ਆਫ ਦਾ ਡੇ ਕੁਛ ਵੀ ਨਹੀਂ ਨਿਕਲਦਾ। ਇੱਕ ਸਭ ਤੋਂ ਵੱਡੀ ਗੱਲ ਸਵਾਲ ਹੈ ਉੱਠਦਾ ਕਿ ਅਸੈਂਬਲੀ ਦੇ ਸੈਸ਼ਨ ਦੋ ਦੋ ਤਿੰਨ ਤਿੰਨ ਢਾਈ ਢਾਈ ਦਿਨ ਦੇ ਕਿਉਂ ਰੱਖੇ ਜਾਂਦੇ ਆ ਜੀ, ਇਸ ਚੀਜ਼ ਨੂੰ ਲੈ ਕੇ ਰੱਖਦੇ, ਬਜਟ ਵੀ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਬਜਟ ਦਾ ਵੀ। ਪਹਿਲਾਂ ਹੀ ਤੁਸੀਂ ਕਹਿੰਦੇ ਹੋ ਕਿ ਸਾਡਾ ਖਜ਼ਾਨਾ ਜਿਹੜਾ ਖਾਲੀ ਪਿਆ, ਇਵਨ ਆਈ ਹੈਵ ਸੀਨ ਦੇ ਲਿਵ ਇਨ MLA ਹੋਸਟਲਸ, ਉਹਨਾਂ ਦਾ ਰਹਿਣ ਦਾ ਆਉਣ ਦਾ ਖਰਚਾ ਸਾਰਾ ਕੁਝ ਖਰਚਾ, ਅਸੈਂਬਲੀ ਦੀ ਕਾਰਵਾਈ ਚੱਲਦੀ ਹੈ, ਸਾਰਾ ਕੁਝ ਇਹਨਾਂ ਲੱਖਾਂ ਕਰੋੜਾਂ 'ਚ ਖਰਚਾ ਹੁੰਦਾ ਜੀ ਜੀ ਜੀ, ਇਹਦਾ ਰਿਜ਼ਲਟ ਨਹੀਂ ਨਿਕਲਦਾ ਕੁਛ ਵੀ, ਜੋ ਲੋਕਾਂ ਨੇ ਵੋਟਰਾਂ ਨੇ ਆਸ ਲਾਈ ਹੁੰਦੀ ਹੈ ਆਪਣੇ ਨੁਮਾਇੰਦਿਆਂ ਤੋਂ, ਉਹ ਕੰਮ ਨਹੀਂ ਹੁੰਦਾ, ਕਿਉਂਕਿ ਹਮੇਸ਼ਾ ਕੋਈ ਨਾ ਕੋਈ ਸਿਆਸੀ ਹਵਾ ਐਸੀ ਹੁੰਦੀ ਹੈ, ਕੋਈ ਨਾ ਕੋਈ ਮੁੱਦਾ ਐਸਾ ਚੁੱਕਿਆ ਹੁੰਦਾ ਹੈ। ਹੁਣ ਅਗਰ ਲੋਕ ਸਭਾ ਦਾ ਸੈਸ਼ਨ ਹੋਏਗਾ ਜੀ ਤਾਂ ਸਾਰਾ ਰਾਫੇਲ ਦੇ ਉੱਤੇ ਚੱਲ ਪਏਗਾ, ਕੋਈ 3 ਤਲਾਕ 'ਤੇ ਚੱਲ ਜਾਏਗਾ, ਤਾਂ ਪਤਾ ਲੱਗਦਾ ਪੂਰੇ ਦਾ ਪੂਰਾ ਸੈਸ਼ਨ ਹੀ ਡੁੱਬ ਗਿਆ। ਔਰ ਬਾਅਦ ਵਿੱਚ ਜਿਹੜੇ ਸੱਤਾਰੂੜ ਪਾਰਟੀ ਹੁੰਦੀ ਹੈ ਉਹ ਦੂਜੀ ਪਾਰਟੀ ਨੂੰ ਕਹੇਗੀ ਆਪੋਜੀਸ਼ਨ ਨੂੰ, ਉਹ ਇਹ ਕਹਿੰਦੀ ਹੈ ਕਿ ਜੀ ਤੁਸੀਂ ਸਾਡਾ ਟਾਈਮ ਵੇਸਟ ਕਰਤਾ ਜੀ ਜੀ ਜੀ, ਅਤੇ ਕਈ ਨਾ ਕਈ ਜਿਹੜੇ ਅਜਿਹੇ ਮੁੱਦੇ ਹਨ ਔਰ ਉਸ ਨੂੰ ਲੈ ਕੇ ਵਿਚਾਰ ਜਿਹੜੇ ਜਿਹਨਾਂ ਦੇ ਉੱਤੇ ਕਰਨੇ ਹੁੰਦੇ ਉਹ ਨਹੀਂ ਹੋ ਪਾਉਂਦੇ, ਕਰਾਂਗੇ ਇਸ ਗੱਲ ਉੱਤੇ ਹੀ ਵਿਚਾਰ ਵਟਾਂਦਰਾ ਰੱਖਾਂਗੇ ਜਾਰੀ ਇਸ ਬ੍ਰੇਕ ਤੋਂ ਉਸ ਪਾਸ।